ਬਠਿੰਡਾ ਵਿਖੇ 72ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਬਠਿੰਡਾ ਵਿਖੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸਕੂਲੀ ਬੱਚਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਦੇਸ਼ ਦੇ 72ਵੇਂ ਆਜ਼ਾਦੀ ਦਿਵਸ 'ਤੇ ਬਠਿੰਡੇ ਦੀ ਪਵਿੱਤਰ ਧਰਤੀ 'ਤੇ ਝੰਡਾ ਲਹਿਰਾਉਣ ਦੀ ਰਸਮ ਮਿਲੀ, ਆਪਣੇ ਆਪ ਨੂੰ ਬਹੁਤ ਹੀ ਭਾਗਿਆਸ਼ਾਲੀ ਸਮਝਦਾ ਕਿ ਮੰਤਰੀ ਬਣਨ ਤੋਂ ਪਹਿਲੀ ਵਾਰ ਮੈਨੂੰ ਇਸ ਧਰਤੀ 'ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਮੌਕਾ ਮਿਲਿਆ। ਆ ਮੇਰੇ ਸਾਹਮਣੇ ਤਿਰੰਗਾ ਜਿਹਦੇ 'ਚ ਤਿੰਨ ਰੰਗ ਨੇ, ਇਹਦੇ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਰਾਣੀ ਝਾਂਸੀ, ਸਰਦਾਰ ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ ਜੀ, ਜਿਨ੍ਹਾਂ ਆਜ਼ਾਦੀ ਘੁਲਾਟੀਆਂ ਨੇ ਇਸ ਝੰਡੇ ਨੂੰ ਆਪਣੇ ਖੂਨ ਦੇ ਨਾਲ ਰੰਗ ਕੇ ਅੱਜ ਅਸੀਂ ਜਿਹੜੇ ਸਾਹਮਣੇ ਬੈਠੇ ਹਾਂ, ਖੁੱਲ੍ਹੀ ਹਵਾ 'ਚ ਫਿਰ ਰਹੇ ਹਾਂ, ਕਿ ਇਹਨਾਂ ਸ਼ਹੀਦਾਂ ਦੀ ਬਦੌਲਤ, ਜਿਨ੍ਹਾਂ ਨੇ ਸਾਡੇ ਤੋਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਤਸੀਹੇ ਚੱਲੇ, ਅਤੇ ਅੱਜ ਅਸੀਂ ਉਸ ਆਜ਼ਾਦੀ ਦਾ ਠੰਡ ਬਣ ਰਹੇ ਹਾਂ। ਮੇਰੇ ਸਾਹਮਣੇ ਬੱਚੇ ਬੈਠੇ ਨੇ, ਇਹਨਾਂ ਦੇ ਵਿੱਚ ਹੀ ਕੋਈ ਰਾਜਗੁਰੂ ਸੁਖਦੇਵ, ਭਗਤ ਸਿੰਘ, ਤਾਂ ਮੇਰੀਆਂ ਬੱਚੀਆਂ ਬੈਠੀਆਂ ਨੇ, ਇਹਨਾਂ ਦੇ ਵਿੱਚੋਂ ਮੈਨੂੰ ਰਾਣੀ ਝਾਂਸੀ ਦੇ ਮਾਈ ਭਾਗੋ ਦਿਖਾਈ ਦੇ ਰਹੀਆਂ ਨੇ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਝੰਡਾ ਲਹਿਰਾਇਆ। ਉਹਨਾਂ ਨੇ ਦੇਸ਼ ਵਾਸੀਆਂ ਨੂੰ 72ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਕੁਰਾਲੀ ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਖਰੜ ਨਗਰ ਕੌਂਸਲ ਵਿਖੇ ਕੌਂਸਲ ਪ੍ਰਧਾਨ ਅੰਜੂ ਚੰਦਰਾ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਨਾਲ ਹੀ ਖਰੜ ਅਨਾਜ ਮੰਡੀ ਵਿਖੇ ਉਪ ਮੰਡਲ ਮੈਜਿਸਟਰੇਟ ਖਰੜ ਸ਼੍ਰੀ ਵਿਨੋਦ ਕੁਮਾਰ ਬਾਂਸਲ ਨੇ ਕੌਮੀ ਝੰਡਾ ਲਹਿਰਾਇਆ। ਮੈਂ ਅੱਜ 15 ਅਗਸਤ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਇਹ ਸਾਡੇ ਸਾਰਿਆਂ ਲਈ ਬਹੁਤ ਹੀ ਸ਼ੁਭ ਦਿਨ ਹੈ। ਇਸ ਦਿਨ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਣ, ਪਾਣੀ ਦੀ ਬੱਚਤ ਕਰਨ ਅਤੇ ਜਿਹੜੀਆਂ ਵੀ ਕੁਰੀਤੀਆਂ ਸਮਾਜ ਵਿੱਚ ਫੈਲੀਆਂ ਹੋਈਆਂ ਹਨ ਉਹਨਾਂ ਨੂੰ ਦੂਰ ਕਰਨ। ਧੰਨਵਾਦ। ਮੈਂ ਆਪ ਸਭ ਇਲਾਕਾ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸਪੂਤਾਂ ਨੂੰ ਮੇਰਾ ਕੋਟੀ-ਕੋਟੀ ਪ੍ਰਣਾਮ। ਅੱਜ ਸਾਰੇ ਭਾਰਤ ਵਿੱਚ 15 ਅਗਸਤ ਦਾ ਇਹ ਆਜ਼ਾਦੀ ਦਿਵਸ ਸਾਰੋ ਬਹੁਤ ਹੀ ਧੂਮਧਾਮ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਾਡਾ ਮਹਾਨ ਰਾਸ਼ਟਰ ਇੱਕ ਆਜ਼ਾਦ ਦੇਸ਼ ਵਜੋਂ 71 ਵਰ੍ਹੇ ਮੁਕੰਮਲ ਕਰ ਚੁੱਕਾ ਹੈ ਅਤੇ ਹੁਣ ਨਵੀਂ ਉਮੀਦ ਅਤੇ ਨਵੇਂ ਉਤਸ਼ਾਹ ਨਾਲ 72ਵੇਂ ਵਰ੍ਹੇ ਵਿੱਚ ਦਾਖਲ ਹੋ ਰਿਹਾ ਹੈ। ਇਹ ਦਿਹਾੜਾ ਸਾਨੂੰ ਭਵਿੱਖ ਦੇ ਭਾਰਤ ਬਾਰੇ ਲਏ ਗਏ ਸੁਪਨਿਆਂ ਨੂੰ ਪੂਰਾ ਕਰਨ ਦੀ ਯਾਦ ਦਿਵਾਉਂਦਾ ਹੈ। ਨਾਭਾ ਵਿਖੇ SDM ਕਾਲਾ ਰਾਮ ਬਾਂਸਲ ਵੱਲੋਂ ਝੰਡਾ ਲਹਿਰਾਇਆ ਗਿਆ। ਪੁਲਿਸ ਟੁਕੜੀ ਵੱਲੋਂ SDM ਨਾਭਾ ਨੂੰ ਸਲਾਮੀ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਇਸ ਆਜ਼ਾਦੀ ਦਿਵਸ ਦਾ ਜੋ ਥੀਮ ਰੱਖਿਆ ਗਿਆ ਹੈ ਉਹ ਹੈ ਨਸ਼ਿਆਂ ਤੋਂ ਆਜ਼ਾਦੀ। ਮੇਰਾ ਸਾਰੇ ਨੌਜਵਾਨਾਂ ਅਤੇ ਬੱਚਿਆਂ ਨੂੰ ਇਹੀ ਸੰਦੇਸ਼ ਹੈ ਕਿ ਉਹ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣ। ਇਹਦੇ ਵਾਸਤੇ ਸਰਕਾਰ ਨੇ ਡੈਪੋ ਪ੍ਰੋਗਰਾਮ ਚਲਾਇਆ, ਹੁਣ ਸਕੂਲੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਬੱਡੀ ਪ੍ਰੋਗਰਾਮ ਚਲਾਇਆ। ਅੱਜ ਅਸੀਂ ਜਿਹੜੇ ਵੱਖ ਵੱਖ ਸਕੂਲਾਂ ਦੇ ਬੱਡੀਜ਼ ਨੇ ਉਹਨਾਂ ਨੂੰ ਵੀ ਇੱਥੇ ਬੁਲਾਇਆ ਅਤੇ ਉਹ ਮਤਲਬ ਜਿਹੜੇ ਬੱਚੇ ਪਾਰਟੀਸਪੇਟ ਕਰਨਗੇ ਉਹਨਾਂ ਨੂੰ ਸਾਰਿਆਂ ਨੂੰ ਜਾਗਰੂਕ ਕਰਨਗੇ। ਇਸ ਤੋਂ ਇਲਾਵਾ ਜੋ ਸਰਕਾਰੀ ਸਕੀਮਾਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮੇਰਾ ਇਹੀ ਸੰਦੇਸ਼ ਹੈ ਕਿ ਥੀਮ ਦੇ ਮੁਤਾਬਕ ਨਸ਼ਿਆਂ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈ ਪੰਜਾਬ ਵਾਸੀਆਂ ਨੂੰ। ਉਸ ਵਾਸਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਕਿ ਉਹ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣ। ਤਰਨ ਤਾਰਨ ਵਿਖੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ। ਉਹਨਾਂ ਵੱਲੋਂ ਮਾਰਚ ਪਾਸਟ ਦਾ ਨਿਰੀਖਣ ਵੀ ਕੀਤਾ ਗਿਆ। ਬਿਜਲੀ ਦੇ MLA ਸਾਹਿਬਾਨ ਦੀ ਜਿਹੜੀ ਇਹ ਡਿਮਾਂਡ ਸੀਗੀ ਕਿ ਜਿਹੜੀ ਇਰੀਗੇਸ਼ਨ ਦੀ ਆ ਤਰਨ ਤਾਰਨ ਡਿਵੀਜ਼ਨ ਉਹਨੂੰ ਬਣਾਇਆ ਜਾਵੇ
और इन्होंने उत्थे भी गल की है और मैं अज तुहाडे जरिए तरन तारण वासियों नूं दसना चाहुंदा कि जिहड़ी तरन तारण इरीगेशन दी डिवीजन आ उह 15-20 दिनां दे विच विच बना दित्ती जावे। जिहड़े इरीगेशन दी डिमांड सीगी जी साडे MLA सुभान गिल साहब, अग्निहोत्री जी, अपने भुल्लर साहब ये सारे आए थे एक दिन मेरे को और इन्होंने गल की कि इरीगेशन की सानू बड़ी बड़ी प्रॉब्लम आ रही है और इत्थे डिवीजन बनाई जाए और अज क्योंकि ऑर्डर हो जाने से हो नहीं सके पर मैं इन्होंने विश्वास तुहाडे जरिए सारे वासियों भी अमृत तरन तारण दवाना कि 15 दिनों के जी डिवीजन बन जाए। एक ना जी पत्र मैं गल कहनी चाहुंदा